ਵਾਹ ਬਈ ਵਾਹ, ਮਹਿਲਾ ਨੇ ਤਾਂ ਕਮਾਲ ਹੀ ਕਰ ਦਿੱਤਾ, ਲੱਤ ਮਾਰ ਕੇ ਲੁਟੇਰਾ ਸਿੱਟ ਲਿਆ। ਦਰਅਸਲ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ, ਮਹਿਲਾ ਆਪਣੇ ਪਤੀ ਦੇ ਨਾਲ ਐਕਟਿਵਾ ਤੇ ਸਵਾਰ ਹੋ ਕੇ ਕਿਤੇ ਜਾ ਰਹੀ ਸੀ। ਪਿੱਛੋਂ ਮੋਟਰਸਾਈਕਲ ਸਵਾਰ ਲੁਟੇਰਾ ਆਉਂਦਾ ਹੈ ਜਿਸ ਦਾ ਮੂੰਹ ਟਕਿਆ ਹੋਇਆ ਹੈ। ਉਹ ਮਹਿਲਾ ਦਾ ਪਰਸ ਖੋਹਦਾ ਹੈ, ਮਹਿਲਾ ਆਪਣਾ ਪਰਸ ਨਹੀਂ ਛੱਡਦੀ। ਜਿਸ ਦੌਰਾਨ ਮੋਟਰਸਾਈਕਲ ਲੁਟੇਰੇ ਦੀ ਅਤੇ ਮਹਿਲਾ ਦੀ ਐਕਟਿਵਾ ਆਪਸ ਦੇ ਵਿੱਚ ਟਕਰਾ ਜਾਂਦੀ ਆ ਅਤੇ ਤਿੰਨੇ ਜਣੇ ਹੇਠਾਂ ਡਿੱਗ ਜਾਂਦੇ ਨੇ। ਜਿਸ ਤੋਂ ਬਾਅਦ ਮਹਿਲਾ ਆਪਣੇ ਪਤੀ ਨਾਲ ਰਲ ਕੇ ਲੁਟੇਰੇ ਦੀ ਐਸੀ ਕੁੱਟਮਾਰ ਕਰਦੀ ਹੈ ਕਿ ਲੁਟੇਰਾ ਆਪਣੀ ਮੋਟਰਸਾਈਕਲ ਛੱਡ ਕੇ ਭੱਜ ਨਿਕਲਦਾ ਹੈ। ਤਾਂ ਦੇਖ ਸਕਦੇ ਹੋ ਇਸ ਮਹਿਲਾ ਦਾ ਹੌਸਲਾ ਕਿੱਡਾ ਵੱਡਾ ਹੈ। ਇਹ ਡਰੀ ਨਹੀਂ, ਇਹ ਆਪਣੀ ਪਤੀ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ। ਲੁਟੇਰੇ ਦਾ ਇਸਨੇ ਡੱਟ ਕੇ ਮੁਕਾਬਲਾ ਕੀਤਾ। ਹਾਲਾਂਕਿ ਦੋਹੇ ਪਤੀ ਪਤਨੀ ਦੀ ਉਮਰ ਵੀ ਥੋੜ੍ਹੀ ਵੱਧੀ ਹੈ, ਪਰ ਫਿਰ ਵੀ ਉਹ ਹੌਸਲਾ ਨਹੀਂ ਹਾਰੇ। ਇਸ ਨਸ਼ੇੜੀ ਲੁਟੇਰੇ ਨੂੰ ਕਾਬੂ ਕੀਤਾ, ਕੁੱਟਮਾਰ ਕੀਤੀ। ਇਹਨਾਂ ਨੇ ਪੁਲਿਸ ਦੇ ਹਵਾਲੇ ਵੀ ਕਰਨਾ ਸੀ ਲੁਟੇਰੇ ਨੂੰ, ਪਰ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਰਹਿ ਗਿਆ। ਦੱਸ ਦਈਏ ਕਿ ਗਲੀ ਦੇ ਵਿੱਚ ਲੱਗੇ ਹੋਏ CCTV ਦੇ ਅੰਦਰ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਦੀ ਗੀਤਾ ਕਲੋਨੀ ਦੀਆਂ, ਜਿੱਥੇ ਐਕਟਿਵਾ 'ਤੇ ਸਵਾਰ ਹੋ ਕੇ ਮਹਿਲਾ ਆਪਣੇ ਪਤੀ ਦੇ ਨਾਲ ਕਿਤੇ ਜਾ ਰਹੀ ਹੁੰਦੀ ਹੈ। ਪਿੱਛੋਂ ਦੇਖੋ ਕਿਵੇਂ ਇਹ ਲੁਟੇਰਾ ਆਉਂਦਾ ਹੈ। ਲੁਟੇਰਾ ਪਰਸ 'ਤੇ ਝਪੱਟਾ ਜਿਵੇਂ ਹੀ ਮਾਰਦਾ ਹੈ, ਨਾਲ ਦੀ ਨਾਲ ਹੀ ਐਕਟਿਵਾ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ, ਜਿਸ ਕਰਕੇ ਲੁਟੇਰਾ ਅਤੇ ਪਤੀ ਪਤਨੀ ਹੇਠਾਂ ਡਿੱਗ ਜਾਂਦੇ ਨੇ। ਜਿਸ ਤੋਂ ਬਾਅਦ ਪਤੀ ਪਤਨੀ ਫਟਾਫਟ ਉੱਠ ਕੇ ਉਸ ਲੁਟੇਰੇ ਨੂੰ ਕਾਬੂ ਕਰਦੇ ਨੇ, ਉਸਦੀ ਕੁੱਟਮਾਰ ਕਰਦੇ ਨੇ, ਉਸਦੇ ਕੋਲੋਂ ਪਰਸ ਖੋਹ ਲੈਂਦੇ ਨੇ ਅਤੇ ਲੁਟੇਰਾ ਬਾਈਕ ਛੱਡ ਕੇ ਭੱਜਣ ਨੂੰ ਮਜਬੂਰ ਹੋ ਜਾਂਦਾ ਹੈ। ਲੁਟੇਰਾ ਅੰਤ ਦੇ ਵਿੱਚ ਆਪਣੀ ਬਾਈਕ ਛੱਡ ਕੇ ਭੱਜ ਨਿਕਲਿਆ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਸ ਮਹਿਲਾ ਦਾ ਜਿਗਰਾ ਕਿੱਡਾ ਹੈ। ਮਹਿਲਾ ਲੁਟੇਰੇ ਸਾਹਮਣੇ ਡਰੀ ਨਹੀਂ, ਇਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਲੁਟੇਰੇ ਦੇ ਕੋਲ ਕੋਈ ਹਥਿਆਰ ਵੀ ਹੋ ਸਕਦਾ ਹੈ। ਇਹਨਾਂ ਨੇ ਲੁਟੇਰੇ ਦਾ ਡਟ ਕੇ ਮੁਕਾਬਲਾ ਕੀਤਾ। ਤਾਂ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਘਰੋਂ ਬਾਹਰ ਨਿਕਲਣਾ ਵੀ ਕਿੱਡਾ ਔਖਾ ਹੋ ਗਿਆ ਇਹ ਲੋਕਾਂ ਦਾ। ਇਹ ਮਹਿਲਾ ਆਪਣੇ ਪਤੀ ਦੇ ਨਾਲ ਘਰੋਂ ਬਾਹਰ ਨਿਕਲੀ ਹੀ ਸੀ, ਹੱਥ ਦੇ ਵਿੱਚ ਪਰਸ ਸੀ ਇਸਦੇ, ਬਸ ਕੀ ਸੀ ਪਿੱਛੇ ਲੁਟੇਰਾ ਪੈ ਗਿਆ। ਕਈ ਦੂਰ ਤੱਕ ਲੁਟੇਰੇ ਨੇ ਪਿੱਛਾ ਕੀਤਾ, ਬਾਅਦ ਦੇ ਵਿੱਚ ਝਪੱਟਾ ਮਾਰ ਕੇ ਪਰਸ ਖੋਹ ਲਿਆ ਇਸ ਮਹਿਲਾ ਦੇ ਕੋਲੋਂ। ਪਰ ਮਹਿਲਾ ਨੇ ਵੀ ਹੌਸਲਾ ਦਿਖਾਉਂਦੇ ਹੋਏ ਉਸ ਲੁਟੇਰੇ ਦਾ ਮੁਕਾਬਲਾ ਕੀਤਾ ਅਤੇ ਉਸਨੂੰ ਧਰ ਦਬੋਚਿਆ ਅਤੇ ਉਸਦੀ ਕੁੱਟਮਾਰ ਕੀਤੀ ਅਤੇ ਆਪਣਾ ਪਰਸ ਖੋਹਣ ਤੋਂ ਬਚਾ ਲਿਆ ਹੈ। ਇਸ ਮਹਿਲਾ ਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ, ਕਮੈਂਟ ਬਾਕਸ ਸਾਨੂੰ ਜ਼ਰੂਰ ਦੱਸਿਓ। ਵਾਹ ਬਈ ਵਾਹ, ਮਹਿਲਾ ਨੇ ਤਾਂ ਕਮਾਲ ਹੀ ਕਰ ਦਿੱਤਾ, ਲੱਤ ਮਾਰ ਕੇ ਲੁਟੇਰਾ ਸਿੱਟ ਲਿਆ। ਦਰਅਸਲ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ, ਮਹਿਲਾ ਆਪਣੇ ਪਤੀ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਕਿਤੇ ਜਾ ਰਹੀ ਸੀ। ਪਿੱਛੋਂ ਮੋਟਰਸਾਈਕਲ ਸਵਾਰ ਲੁਟੇਰਾ ਆਉਂਦਾ ਹੈ ਜਿਸ ਦਾ ਮੂੰਹ ਟਕਿਆ ਹੋਇਆ ਹੈ। ਉਹ ਮਹਿਲਾ ਦਾ ਪਰਸ ਖੋਹਦਾ ਹੈ, ਮਹਿਲਾ ਆਪਣਾ ਪਰਸ ਨਹੀਂ ਛੱਡਦੀ। ਜਿਸ ਦੌਰਾਨ ਮੋਟਰਸਾਈਕਲ ਲੁਟੇਰੇ ਦੀ ਅਤੇ ਮਹਿਲਾ ਦੀ ਐਕਟਿਵਾ ਆਪਸ ਦੇ ਵਿੱਚ ਟਕਰਾ ਜਾਂਦੀ ਆ ਅਤੇ ਤਿੰਨੇ ਜਣੇ ਹੇਠਾਂ ਡਿੱਗ ਜਾਂਦੇ ਨੇ। ਜਿਸ ਤੋਂ ਬਾਅਦ ਮਹਿਲਾ ਆਪਣੇ ਪਤੀ ਨਾਲ ਰਲ ਕੇ ਲੁਟੇਰੇ ਦੀ ਐਸੀ ਕੁੱਟਮਾਰ ਕਰਦੀ ਹੈ ਕਿ ਲੁਟੇਰਾ ਆਪਣੀ ਮੋਟਰਸਾਈਕਲ ਛੱਡ ਕੇ ਭੱਜ ਨਿਕਲਦਾ ਹੈ। ਤਾਂ ਦੇਖ ਸਕਦੇ ਹੋ ਇਸ ਮਹਿਲਾ ਦਾ ਹੌਸਲਾ ਕਿੱਡਾ ਵੱਡਾ ਹੈ। ਇਹ ਡਰੀ ਨਹੀਂ, ਇਹ ਆਪਣੀ ਪਤੀ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ। ਲੁਟੇਰੇ ਦਾ ਇਸਨੇ ਡੱਟ ਕੇ ਮੁਕਾਬਲਾ ਕੀਤਾ। ਹਾਲਾਂਕਿ ਦੋਹੇ ਪਤੀ ਪਤਨੀ ਦੀ ਉਮਰ ਵੀ ਥੋੜ੍ਹੀ ਵੱਧੀ ਹੈ, ਪਰ ਫਿਰ ਵੀ ਉਹ ਹੌਸਲਾ ਨਹੀਂ ਹਾਰੇ। ਇਸ ਨਸ਼ੇੜੀ ਲੁਟੇਰੇ ਨੂੰ ਕਾਬੂ ਕੀਤਾ, ਕੁੱਟਮਾਰ ਕੀਤੀ। ਇਹਨਾਂ ਨੇ
ਪੁਲਿਸ ਦੇ ਹਵਾਲੇ ਵੀ ਕਰਨਾ ਸੀ ਲੁਟੇਰੇ ਨੂੰ, ਪਰ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਰਹਿ ਗਿਆ। ਦੱਸ ਦਈਏ ਕਿ ਗਲੀ ਦੇ ਵਿੱਚ ਲੱਗੇ ਹੋਏ CCTV ਦੇ ਅੰਦਰ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਦੀ ਗੀਤਾ ਕਲੋਨੀ ਦੀਆਂ, ਜਿੱਥੇ ਐਕਟਿਵਾ 'ਤੇ ਸਵਾਰ ਹੋ ਕੇ ਮਹਿਲਾ ਆਪਣੇ ਪਤੀ ਦੇ ਨਾਲ ਕਿਤੇ ਜਾ ਰਹੀ ਹੁੰਦੀ ਹੈ। ਪਿੱਛੋਂ ਦੇਖੋ ਕਿਵੇਂ ਇਹ ਲੁਟੇਰਾ ਆਉਂਦਾ ਏ, ਲੁਟੇਰਾ ਪਰਸ 'ਤੇ ਝਪੱਟਾ ਜਿਵੇਂ ਹੀ ਮਾਰਦਾ ਏ, ਨਾਲ ਦੀ ਨਾਲ ਹੀ ਐਕਟਿਵਾ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ, ਜਿਸ ਕਰਕੇ ਲੁਟੇਰਾ ਅਤੇ ਪਤੀ ਪਤਨੀ ਹੇਠਾਂ ਡਿੱਗ ਜਾਂਦੇ ਨੇ। ਜਿਸ ਤੋਂ ਬਾਅਦ ਪਤੀ ਪਤਨੀ ਫਟਾਫਟ ਉੱਠ ਕੇ ਉਸ ਲੁਟੇਰੇ ਨੂੰ ਕਾਬੂ ਕਰਦੇ ਨੇ, ਉਸਦੀ ਕੁੱਟਮਾਰ ਕਰਦੇ ਨੇ, ਉਸਦੇ ਕੋਲੋਂ ਪਰਸ ਖੋਹ ਲੈਂਦੇ ਨੇ ਅਤੇ ਲੁਟੇਰਾ ਬਾਈਕ ਛੱਡ ਕੇ ਭੱਜਣ ਨੂੰ ਮਜਬੂਰ ਹੋ ਜਾਂਦਾ ਹੈ। ਲੁਟੇਰਾ ਅੰਤ ਦੇ ਵਿੱਚ ਆਪਣੀ ਬਾਈਕ ਛੱਡ ਕੇ ਭੱਜ ਨਿਕਲਿਆ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਸ ਮਹਿਲਾ ਦਾ ਜਿਗਰਾ ਕਿੱਡਾ ਏ। ਮਹਿਲਾ ਲੁਟੇਰੇ ਸਾਹਮਣੇ ਡਰੀ ਨਹੀਂ, ਇਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਲੁਟੇਰੇ ਦੇ ਕੋਲ ਕੋਈ ਹਥਿਆਰ ਵੀ ਹੋ ਸਕਦਾ ਏ। ਇਹਨਾਂ ਨੇ ਲੁਟੇਰੇ ਦਾ ਡਟ ਕੇ ਮੁਕਾਬਲਾ ਕੀਤਾ। ਤਾਂ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਘਰੋਂ ਬਾਹਰ ਨਿਕਲਣਾ ਵੀ ਕਿੱਡਾ ਔਖਾ ਹੋ ਗਿਆ ਇਹ ਲੋਕਾਂ ਦਾ। ਇਹ ਮਹਿਲਾ ਆਪਣੇ ਪਤੀ ਦੇ ਨਾਲ ਘਰੋਂ ਬਾਹਰ ਨਿਕਲੀ ਹੀ ਸੀ, ਹੱਥ ਦੇ ਵਿੱਚ ਪਰਸ ਸੀ ਇਸਦੇ, ਬਸ ਕੀ ਸੀ ਪਿੱਛੇ ਲੁਟੇਰਾ ਪੈ ਗਿਆ। ਕਈ ਦੂਰ ਤੱਕ ਲੁਟੇਰੇ ਨੇ ਪਿੱਛਾ ਕੀਤਾ, ਬਾਅਦ ਦੇ ਵਿੱਚ ਝਪੱਟਾ ਮਾਰ ਕੇ ਪਰਸ ਖੋਹ ਲਿਆ ਇਸ ਮਹਿਲਾ ਦੇ ਕੋਲੋਂ। ਪਰ ਮਹਿਲਾ ਨੇ ਵੀ ਹੌਸਲਾ ਦਿਖਾਉਂਦੇ ਹੋਏ ਉਸ ਲੁਟੇਰੇ ਦਾ ਮੁਕਾਬਲਾ ਕੀਤਾ ਅਤੇ ਉਸਨੂੰ ਧਰ ਦਬੋਚਿਆ ਅਤੇ ਉਸਦੀ ਕੁੱਟਮਾਰ ਕੀਤੀ ਅਤੇ ਆਪਣਾ ਪਰਸ ਖੋਹਣ ਤੋਂ ਬਚਾ ਲਿਆ ਏ। ਇਸ ਮਹਿਲਾ ਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਕਮੈਂਟ ਬਾਕਸ ਸਾਨੂੰ ਜ਼ਰੂਰ ਦੱਸਿਓ। ਵਾਹ ਬਈ ਵਾਹ, ਮਹਿਲਾ ਨੇ ਤਾਂ ਕਮਾਲ ਹੀ ਕਰ ਦਿੱਤਾ, ਲੱਤ ਮਾਰ ਕੇ ਲੁਟੇਰਾ ਸਿੱਟ ਲਿਆ। ਦਰਅਸਲ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ, ਮਹਿਲਾ ਆਪਣੇ ਪਤੀ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਕਿਤੇ ਜਾ ਰਹੀ ਸੀ, ਪਿੱਛੋਂ ਮੋਟਰਸਾਈਕਲ ਸਵਾਰ ਲੁਟੇਰਾ ਆਉਂਦਾ ਹੈ ਜਿਸ ਦਾ ਮੂੰਹ ਟਕਿਆ ਹੋਇਆ ਹੈ। ਉਹ ਮਹਿਲਾ ਦਾ ਪਰਸ ਖੋਹਦਾ ਹੈ, ਮਹਿਲਾ ਆਪਣਾ ਪਰਸ ਨਹੀਂ ਛੱਡਦੀ, ਜਿਸ ਦੌਰਾਨ ਮੋਟਰਸਾਈਕਲ ਲੁਟੇਰੇ ਦੀ ਅਤੇ ਮਹਿਲਾ ਦੀ ਐਕਟਿਵਾ ਆਪਸ ਦੇ ਵਿੱਚ ਟਕਰਾ ਜਾਂਦੀ ਆ ਅਤੇ ਤਿੰਨੇ ਜਣੇ ਹੇਠਾਂ ਡਿੱਗ ਜਾਂਦੇ ਨੇ। ਜਿਸ ਤੋਂ ਬਾਅਦ ਮਹਿਲਾ ਆਪਣੇ ਪਤੀ ਨਾਲ ਰਲ ਕੇ ਲੁਟੇਰੇ ਦੀ ਐਸੀ ਕੁੱਟਮਾਰ ਕਰਦੀ ਹੈ ਕਿ ਲੁਟੇਰਾ ਆਪਣੀ ਮੋਟਰਸਾਈਕਲ ਛੱਡ ਕੇ ਭੱਜ ਨਿਕਲਦਾ ਹੈ। ਤਾਂ ਦੇਖ ਸਕਦੇ ਹੋ ਇਸ ਮਹਿਲਾ ਦਾ ਹੌਸਲਾ ਕਿੱਡਾ ਵੱਡਾ ਹੈ। ਇਹ ਡਰੀ ਨਹੀਂ, ਇਹ ਆਪਣੀ ਪਤੀ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ, ਲੁਟੇਰੇ ਦਾ ਇਸਨੇ ਡਟ ਕੇ ਮੁਕਾਬਲਾ ਕੀਤਾ। ਹਾਲਾਂਕਿ ਦੋਹੇ ਪਤੀ ਪਤਨੀ ਦੀ ਉਮਰ ਵੀ ਥੋੜ੍ਹੀ ਵੱਧੀ ਹੈ, ਪਰ ਫਿਰ ਵੀ ਉਹ ਹੌਸਲਾ ਨਹੀਂ ਹਾਰੇ, ਇਸ ਨਸ਼ੇੜੀ ਲੁਟੇਰੇ ਨੂੰ ਕਾਬੂ ਕੀਤਾ, ਕੁੱਟਮਾਰ ਕੀਤੀ। ਇਹਨਾਂ ਨੇ ਪੁਲਿਸ ਦੇ ਹਵਾਲੇ ਵੀ ਕਰਨਾ ਸੀ ਲੁਟੇਰੇ ਨੂੰ, ਪਰ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਰਹਿ ਗਿਆ। ਦੱਸ ਦਈਏ ਕਿ ਗਲੀ ਦੇ ਵਿੱਚ ਲੱਗੇ ਹੋਏ CCTV ਦੇ ਅੰਦਰ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਦੀ ਗੀਤਾ ਕਲੋਨੀ ਦੀਆਂ, ਜਿੱਥੇ ਐਕਟਿਵਾ 'ਤੇ ਸਵਾਰ ਹੋ ਕੇ ਮਹਿਲਾ ਆਪਣੇ ਪਤੀ ਦੇ ਨਾਲ ਕਿਤੇ ਜਾ ਰਹੀ ਹੁੰਦੀ ਹੈ। ਪਿੱਛੋਂ ਦੇਖੋ ਕਿਵੇਂ ਇਹ ਲੁਟੇਰਾ ਆਉਂਦਾ ਏ, ਲੁਟੇਰਾ ਪਰਸ 'ਤੇ ਝਪੱਟਾ ਜਿਵੇਂ ਹੀ ਮਾਰਦਾ ਏ, ਨਾਲ ਦੀ ਨਾਲ ਹੀ ਐਕਟਿਵਾ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ, ਜਿਸ ਕਰਕੇ ਲੁਟੇਰਾ ਅਤੇ ਪਤੀ ਪਤਨੀ ਹੇਠਾਂ ਡਿੱਗ ਜਾਂਦੇ ਨੇ। ਜਿਸ ਤੋਂ ਬਾਅਦ ਪਤੀ ਪਤਨੀ ਫਟਾਫਟ ਉੱਠ ਕੇ ਉਸ ਲੁਟੇਰੇ ਨੂੰ ਕਾਬੂ ਕਰਦੇ ਨੇ, ਉਸਦੀ ਕੁੱਟਮਾਰ ਕਰਦੇ ਨੇ, ਉਸਦੇ ਕੋਲੋਂ ਪਰਸ ਖੋਹ ਲੈਂਦੇ ਨੇ ਅਤੇ ਲੁਟੇਰਾ ਬਾਈਕ ਛੱਡ ਕੇ ਭੱਜਣ ਨੂੰ ਮਜਬੂਰ ਹੋ ਜਾਂਦਾ ਹੈ। ਲੁਟੇਰਾ ਅੰਤ ਦੇ ਵਿੱਚ ਆਪਣੀ ਬਾਈਕ ਛੱਡ ਕੇ ਭੱਜ ਨਿਕਲਿਆ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਸ ਮਹਿਲਾ ਦਾ ਜਿਗਰਾ ਕਿੱਡਾ ਏ। ਮਹਿਲਾ ਲੁਟੇਰੇ ਸਾਹਮਣੇ ਡਰੀ ਨਹੀਂ, ਇਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਲੁਟੇਰੇ ਦੇ ਕੋਲ ਕੋਈ ਹਥਿਆਰ ਵੀ ਹੋ ਸਕਦਾ ਏ।
ਇਹਨਾਂ ਨੇ ਲੁਟੇਰੇ ਦਾ ਡਟ ਕੇ ਮੁਕਾਬਲਾ ਕੀਤਾ ਤਾਂ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਘਰੋਂ ਬਾਹਰ ਨਿਕਲਣਾ ਵੀ ਕਿੱਡਾ ਔਖਾ ਹੋ ਗਿਆ ਇਹ ਲੋਕਾਂ ਦਾ। ਇਹ ਮਹਿਲਾ ਆਪਣੇ ਪਤੀ ਦੇ ਨਾਲ ਘਰੋਂ ਬਾਹਰ ਨਿਕਲੀ ਹੀ ਸੀ, ਹੱਥ ਦੇ ਵਿੱਚ ਪਰਸ ਸੀ ਇਸ ਦੇ, ਬਸ ਕੀ ਸੀ ਪਿੱਛੇ ਲੁਟੇਰਾ ਪੈ ਗਿਆ। ਕਈ ਦੂਰ ਤੱਕ ਲੁਟੇਰੇ ਨੇ ਪਿੱਛਾ ਕੀਤਾ, ਬਾਅਦ ਦੇ ਵਿੱਚ ਝਪੱਟਾ ਮਾਰ ਕੇ ਪਰਸ ਖੋਲਿਆ ਇਸ ਮਹਿਲਾ ਦੇ ਕੋਲੋਂ, ਪਰ ਮਹਿਲਾ ਨੇ ਵੀ ਹੌਸਲਾ ਦਿਖਾਉਂਦੇ ਹੋਏ ਉਸ ਲੁਟੇਰੇ ਦਾ ਮੁਕਾਬਲਾ ਕੀਤਾ ਅਤੇ ਉਸ ਨੂੰ ਧਰ ਦਬੋਚਿਆ ਅਤੇ ਉਸਦੀ ਕੁੱਟਮਾਰ ਕੀਤੀ ਅਤੇ ਆਪਣਾ ਪਰਸ ਖੋਣ ਤੋਂ ਬਚਾ ਲਿਆ ਏ। ਇਸ ਮਹਿਲਾ ਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ, ਕਮੈਂਟ ਬਾਕਸ ਸਾਨੂੰ ਜ਼ਰੂਰ ਦੱਸਿਓ। ਵਾਹ ਬਈ ਵਾਹ, ਮਹਿਲਾ ਨੇ ਤਾਂ ਕਮਾਲ ਹੀ ਕਰ ਦਿੱਤਾ, ਲੱਤ ਮਾਰ ਕੇ ਲੁਟੇਰਾ ਸਿੱਟ ਲਿਆ। ਦਰਅਸਲ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ, ਮਹਿਲਾ ਆਪਣੇ ਪਤੀ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਕਿਤੇ ਜਾ ਰਹੀ ਸੀ, ਪਿੱਛੋਂ ਮੋਟਰਸਾਈਕਲ ਸਵਾਰ ਲੁਟੇਰਾ ਆਉਂਦਾ ਹੈ ਜਿਸ ਦਾ ਮੂੰਹ ਟਕਿਆ ਹੋਇਆ ਹੈ। ਉਹ ਮਹਿਲਾ ਦਾ ਪਰਸ ਖੋਂਦਾ ਹੈ, ਮਹਿਲਾ ਆਪਣਾ ਪਰਸ ਨਹੀਂ ਛੱਡਦੀ, ਜਿਸ ਦੌਰਾਨ ਮੋਟਰਸਾਈਕਲ ਲੁਟੇਰੇ ਦੀ ਅਤੇ ਮਹਿਲਾ ਦੀ ਐਕਟਿਵਾ ਆਪਸ ਦੇ ਵਿੱਚ ਟਕਰਾ ਜਾਂਦੀ ਆ ਅਤੇ ਤਿੰਨੇ ਜਣੇ ਹੇਠਾਂ ਡਿੱਗ ਜਾਂਦੇ ਨੇ, ਜਿਸ ਤੋਂ ਬਾਅਦ ਮਹਿਲਾ ਆਪਣੇ ਪਤੀ ਨਾਲ ਰਲ ਕੇ ਲੁਟੇਰੇ ਦੀ ਐਸੀ ਕੁੱਟਮਾਰ ਕਰਦੀ ਹੈ ਕਿ ਲੁਟੇਰਾ ਆਪਣੀ ਮੋਟਰਸਾਈਕਲ ਛੱਡ ਕੇ ਭੱਜ ਨਿਕਲਦਾ ਹੈ। ਤਾਂ ਦੇਖ ਸਕਦੇ ਹੋ ਇਸ ਮਹਿਲਾ ਦਾ ਹੌਸਲਾ ਕਿੱਡਾ ਵੱਡਾ ਹੈ। ਇਹ ਡਰੀ ਨਹੀਂ, ਇਹ ਆਪਣੀ ਪਤੀ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ, ਲੁਟੇਰੇ ਦਾ ਇਸਨੇ ਡਟ ਕੇ ਮੁਕਾਬਲਾ ਕੀਤਾ। ਹਾਲਾਂਕਿ ਦੋਹੇ ਪਤੀ ਪਤਨੀ ਦੀ ਉਮਰ ਵੀ ਥੋੜ੍ਹੀ ਵੱਧੀ ਹੈ, ਪਰ ਫਿਰ ਵੀ ਉਹ ਹੌਸਲਾ ਨਹੀਂ ਹਾਰੇ, ਇਸ ਨਸ਼ੇੜੀ ਲੁਟੇਰੇ ਨੂੰ ਕਾਬੂ ਕੀਤਾ, ਕੁੱਟਮਾਰ ਕੀਤੀ। ਇਹਨਾਂ ਨੇ ਪੁਲਿਸ ਦੇ ਹਵਾਲੇ ਵੀ ਕਰਨਾ ਸੀ ਲੁਟੇਰੇ ਨੂੰ, ਪਰ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਰਹਿ ਗਿਆ। ਦੱਸ ਦਈਏ ਕਿ ਗਲੀ ਦੇ ਵਿੱਚ ਲੱਗੇ ਹੋਏ CCTV ਦੇ ਅੰਦਰ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਦੀ, ਗੀਤਾ ਕਲੋਨੀ ਦੀਆਂ, ਜਿੱਥੇ ਐਕਟਿਵਾ 'ਤੇ ਸਵਾਰ ਹੋ ਕੇ ਮਹਿਲਾ ਆਪਣੇ ਪਤੀ ਦੇ ਨਾਲ ਕਿਤੇ ਜਾ ਰਹੀ ਹੁੰਦੀ ਹੈ। ਪਿੱਛੋਂ ਦੇਖੋ ਕਿਵੇਂ ਇਹ ਲੁਟੇਰਾ ਆਉਂਦਾ ਹੈ, ਲੁਟੇਰਾ ਪਰਸ 'ਤੇ ਝਪੱਟਾ ਜਿਵੇਂ ਹੀ ਮਾਰਦਾ ਹੈ, ਨਾਲ ਦੀ ਨਾਲ ਹੀ ਐਕਟਿਵਾ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ, ਜਿਸ ਕਰਕੇ ਲੁਟੇਰਾ ਅਤੇ ਪਤੀ ਪਤਨੀ ਹੇਠਾਂ ਡਿੱਗ ਜਾਂਦੇ ਨੇ। ਜਿਸ ਤੋਂ ਬਾਅਦ ਪਤੀ ਪਤਨੀ ਫਟਾਫਟ ਉੱਠ ਕੇ ਉਸ ਲੁਟੇਰੇ ਨੂੰ ਕਾਬੂ ਕਰਦੇ ਨੇ, ਉਸਦੀ ਕੁੱਟਮਾਰ ਕਰਦੇ ਨੇ, ਉਸਦੇ ਕੋਲੋਂ ਪਰਸ ਖੋਹ ਲੈਂਦੇ ਨੇ ਅਤੇ ਲੁਟੇਰਾ ਬਾਈਕ ਛੱਡ ਕੇ ਭੱਜਣ ਨੂੰ ਮਜਬੂਰ ਹੋ ਜਾਂਦਾ ਹੈ। ਲੁਟੇਰਾ ਅੰਤ ਦੇ ਵਿੱਚ ਆਪਣੀ ਬਾਈਕ ਛੱਡ ਕੇ ਭੱਜ ਨਿਕਲਿਆ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਸ ਮਹਿਲਾ ਦਾ ਜਿਗਰਾ ਕਿੱਡਾ ਹੈ। ਮਹਿਲਾ ਲੁਟੇਰੇ ਸਾਹਮਣੇ ਡਰੀ ਨਹੀਂ, ਇਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਲੁਟੇਰੇ ਦੇ ਕੋਲ ਕੋਈ ਹਥਿਆਰ ਵੀ ਹੋ ਸਕਦਾ ਹੈ। ਇਹਨਾਂ ਨੇ ਲੁਟੇਰੇ ਦਾ ਡਟ ਕੇ ਮੁਕਾਬਲਾ ਕੀਤਾ। ਤਾਂ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਘਰੋਂ ਬਾਹਰ ਨਿਕਲਣਾ ਵੀ ਕਿੱਡਾ ਔਖਾ ਹੋ ਗਿਆ ਇਹ ਲੋਕਾਂ ਦਾ। ਇਹ ਮਹਿਲਾ ਆਪਣੇ ਪਤੀ ਦੇ ਨਾਲ ਘਰੋਂ ਬਾਹਰ ਨਿਕਲੀ ਹੀ ਸੀ, ਹੱਥ ਦੇ ਵਿੱਚ ਪਰਸ ਸੀ ਇਸ ਦੇ, ਬਸ ਕੀ ਸੀ ਪਿੱਛੇ ਲੁਟੇਰਾ ਪੈ ਗਿਆ। ਕਈ ਦੂਰ ਤੱਕ ਲੁਟੇਰੇ ਨੇ ਪਿੱਛਾ ਕੀਤਾ, ਬਾਅਦ ਦੇ ਵਿੱਚ ਝਪੱਟਾ ਮਾਰ ਕੇ ਪਰਸ ਖੋਲਿਆ ਇਸ ਮਹਿਲਾ ਦੇ ਕੋਲੋਂ, ਪਰ ਮਹਿਲਾ ਨੇ ਵੀ ਹੌਸਲਾ ਦਿਖਾਉਂਦੇ ਹੋਏ ਉਸ ਲੁਟੇਰੇ ਦਾ ਮੁਕਾਬਲਾ ਕੀਤਾ ਅਤੇ ਉਸ ਨੂੰ ਧਰ ਦਬੋਚਿਆ ਅਤੇ ਉਸਦੀ ਕੁੱਟਮਾਰ ਕੀਤੀ ਅਤੇ ਆਪਣਾ ਪਰਸ ਖੋਣ ਤੋਂ ਬਚਾ ਲਿਆ ਏ। ਇਸ ਮਹਿਲਾ ਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ, ਕਮੈਂਟ ਬਾਕਸ ਸਾਨੂੰ ਜ਼ਰੂਰ ਦੱਸਿਓ।